ਕਿਹੜੇ-ਕਿਹੜੇ ਕੈਂਡੀਡੇਟ ਨੇ ਜਾਣਾ ਹੈਗਾ 939 ਪੋਸਟਾਂ ਦੇ ਲਈ ਕਾਉਂਸਲਿੰਗ ਲਈ ਐਡਵਰਟਾਈਜ਼ਮੈਂਟ ਨੰਬਰ 3 ਹੋਇਆ 2022 ਦੀ। ਠੀਕ ਹੈ ਜੀ ਕੀ-ਕੀ ਆਣਾ ਹੈ ਕਿਹੜੀ-ਕਿਹੜੀ ਕਮੇਟੀ ਹੋ ਲਾਸਟ ਦੇ ਕੋਲਮ ਬਣਿਆ ਹੋਇਆ ਕਿੰਨੇ ਕੈਂਡੀਡੇਟ ਨੂੰ ਕਾਉਂਸਲਿੰਗ ਲਈ ਬੁਲਾਇਆ 6 9 2023 ਲਈ ਆਪਾਂ ਚੈੱਕ ਕਰਦੇ ਹਾਂ। ਠੀਕ ਹੈ ਜੀ ਲਾਸਟ ਦੇ ਕਮੇਟੀ ਨੰਬਰ ਆਫ ਦਾ ਜ਼ਰੂਰ ਧਿਆਨ ਰੱਖਿਓ, ਡੇਟ ਦਾ ਧਿਆਨ ਰੱਖਿਓ, ਠੀਕ ਹੈ ਪਿਛਲੇ ਤਿੰਨੋਂ ਕੋਲਮ ਧਿਆਨ ਰੱਖਣੇ ਆ। ਸਭ ਤੋਂ ਪਹਿਲਾਂ ਕਮੇਟੀ ਕਿਹੜੀ ਹੈ, ਡੇਟ ਕਿਹੜੀ ਹੈ, ਟਾਈਮ ਕਿਹੜਾ ਹੈ? क्लियर है जी ताकि कंफ्यूजन ना होवे थोनू 6 9 2023 ਨੂੰ ਹੀ ਕਾਉਂਸਲਿੰਗ ਹੋਣੀ ਹੈ ਡਾਕੂਮੈਂਟ ਸਾਰੇ ਧਿਆਨ ਨਾਲ ਲੈ ਕੇ ਜਾਣੇ ਨੇ ਕੁਝ ਨਹੀਂ ਪਤਾ ਲੱਗਿਆ ਤਾਂ ਕਮੈਂਟ ਕਰ ਦਿਓ ਇਸ ਤੋਂ ਪਹਿਲਾਂ ਵੀਡੀਓ ਆਪਾਂ ਪੰਜ ਅਪਲੋਡ ਕਰ ਚੁੱਕੇ ਆ ਪੰਜੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਗਿਆ ਹੋਵੇਗਾ ਜਿਨ੍ਹਾਂ ਨੇ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਨਹੀਂ ਦਬਾਇਆ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾਓ ਕਿਉਂਕਿ ਜਦੋਂ ਵੀ ਵੀਡੀਓ ਆਵੇ ਉਸ ਦਾ ਮੈਸੇਜ ਤੁਹਾਡੇ ਕੋਲ ਤੁਰੰਤ ਪਹੁੰਚੇ ਕਲੀਅਰ ਹੈ ਜੀ ਟੋਟਲ ਚੈੱਕ ਕਰਦੇ ਆ ਜੀ ਆਪਾਂ ਕਿੰਨੇ ਕੈਂਡੀਡੇਟ ਨੇਗੇ ਤੇ ਕਿੰਨੀਆਂ ਕਮੇਟੀਆਂ ਨੇਗੇ 6 9 ਨੂੰ ਆਈ ਥਿੰਕ ਸਾਰਿਆਂ ਨੂੰ 11 ਵਜੇ ਦਾ ਟਾਈਮ ਦਿੱਤਾ ਹੋਇਆ ਬਾਕੀ ਆਪਾਂ ਅੱਗੇ ਦੇਖਦੇ ਆਂ ਟਾਈਮ 'ਚ ਜੇ ਫਰਕ ਆਉਂਦਾ ਤਾਂ ਚੈੱਕ ਕਰਾਂਗੇ ਇੱਕ ਵਾਰੀ ਕਲੀਅਰ ਹੈ ਜੀ ਕੱਟ-ਆਫ ਹੈ ਜਿਹੜੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਕਿੱਥੋਂ ਸਟਾਰਟ ਹੋਈ ਹੈ ਕੱਟ-ਆਫ ਹੈ ਜਿਹੜੀ 936575 ਤੋਂ ਸਟਾਰਟ ਹੋਈ ਹੈ ਚਲੋ ਜੀ ਚੱਲਦੇ ਆਂ ਆਪਾਂ ਅੱਗੇ ਦੇਖਦੇ ਆਂ ਦੇਖੋ ਕਮੇਟੀਆਂ ਫਰਕ ਪੈ ਰਿਹਾ ਹੈ ਟਾਈਮ ਦਾ ਫਰਕ ਨਹੀਂ ਹੈਗਾ 11 ਵਜੇ ਟਾਈਮ ਸਾਰਿਆਂ ਦਾ ਹੈ 6:00 ਨੂੰ ਸਾਰਿਆਂ ਨੂੰ ਹੈ ਕਮੇਟੀਆਂ ਦਾ ਫਰਕ ਹੈ ਠੀਕ ਹੈ ਜੀ ਕਿਹੜਾ ਕੈਂਡੀਡੇਟ ਕਿਹੜੀ ਕਮੇਟੀ ਦੇ ਹਾਜ਼ਰ ਹੋਏਗਾ ਉਹ ਲਾਸਟ ਵਾਲੇ ਕਲਮ ਚ ਲਿਖਿਆ ਹੋਇਆ ਹੈ ਠੀਕ ਹੈ ਜੀ ਹੁਣ ਆਪਾਂ ਚੈੱਕ ਕਰਦੇ ਹਾਂ ਟੋਟਲ ਕਿੰਨੇ ਕੈਂਡੀਡੇਟ ਨੂੰ ਬੁਲਾਇਆ ਤੇ ਕਮੇਟੀਆਂ ਕਿੰਨੀਆਂ ਨੇਗੀਆਂ ਕਲੀਅਰ ਹੈ ਜੀ ਅੱਠ ਕਮੇਟੀ ਨੰਬਰ 8 ਤੇ ਆ ਗਏ ਆਪਾਂ ਟੋਟਲ 178 ਕੈਂਡੀਡੇਟ ਹੋ ਚੁੱਕੇ ਨੇ ਨੈਕਸਟ ਆਪਾਂ ਚੈੱਕ ਕਰਦੇ ਹਾਂ ਟੋਟਲ ਕਿੰਨੇ ਕੈਂਡੀਡੇਟ ਨੇਗੇ ਕਲੀਅਰ ਹੈ ਜੀ ਟਾਈਮਿੰਗ ਦੇਖੋ ਟਾਈਮਿੰਗ ਦਾ ਕੀ ਫਰਕ ਪੈ ਰਿਹਾ 11 ਵਜੇ ਸ਼ੁਰੂ ਹੋਈ ਸੀ ਫਿਰ 3 ਵਜੇ ਤੱਕ ਜਿਹੜੀ ਟਾਈਮਿੰਗ ਆ ਚੁੱਕੀ ਹੈ ਟੋਟਲ 366 ਕੈਂਡੀਡੇਟ ਹੋ ਚੁੱਕੇ ਆ ਲਾਸਟ ਦੇ ਆਪਾਂ ਚੱਲਦੇ ਆਂ ਜੀ ਲੋ 410 ਕੈਂਡੀਡੇਟ ਨੂੰ ਬੁਲਾਇਆ ਗਿਆ 6 ਤਰੀਕ ਨੂੰ ਅਤੇ 69.75 ਤੱਕ ਕੈਂਡੀਡੇਟ ਨੂੰ ਹੈ ਬੁਲਾਇਆ ਗਿਆ ਕਲੀਅਰ ਹੈ ਜੀ ਕਮੇਟੀ ਨੰਬਰ 1 ਦੇ ਅੱਗੇ 3 ਵਜੇ ਤੱਕ 3 ਵਜੇ ਤੱਕ ਹੀ ਕਾਉਂਸਲਿੰਗ ਹੋਣੀ ਹੈ ਨੈਕਸਟ ਲਿਸਟ ਜਿਹੜੀ ਉਹ ਜਲਦੀ ਹੀ ਆਉਗੀ ਕਾਉਂਸਲਿੰਗ ਵਾਲੇ ਕੈਂਡੀਡੇਟ ਦੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੂਰ ਪ੍ਰੈਸ ਕਰਕੇ ਰੱਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਸੰਪਰਕ ਚ ਜਿੰਨੇ ਵੀ ਨੇ ਸੋਸ਼ਲ ਮੀਡੀਆ ਫਲੋਂ ਫੇਸਬੁਕ ਟਵਿੱਟਰ ਇੰਸਟਾਗ੍ਰam ਸਾਰੇ ਦੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਇਨਾ ਕਰਨ ਦੇ ਨਾਲ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤਾਂ ਕਿ ਆਪਾਂ ਲਗਾਤਾਰ ਅਪਡੇਟ ਤੁਹਾਡੇ ਲਈ ਲਿਆਈਏ ਉਮੀਦ ਹੈ ਰਿਕੁਐਸਟ ਹੈ ਤੁਸੀਂ ਸਾਰੇ ਲਾਈਕ ਕਰਕੇ ਜਾਓਗੇ ਸ਼ੇਅਰ ਕਰਕੇ ਜਾਓਗੇ ਨੈਕਸਟ ਵੀਡੀਓ ਜਦੋਂ ਵੀ ਆਉਂਦੀ ਹੈ ਸਭ ਤੋਂ ਪਹਿਲਾਂ ਸੂਚਨਾ ਇਸੇ ਚੈਨਲ ਤੇ ਮਿਲੂਗੀ ਪਹਿਲੀਆਂ ਸਾਰੀਆਂ ਪੰਜੇ ਦੀਆਂ ਪੰਜੇ ਅਪਡੇਟ ਦੇਖ ਲਿਓ ਜੀ ਜੇ ਕੁਝ ਨਹੀਂ ਸਮਝ ਆਇਆ ਤਾਂ ਇਹ ਛੇਵੀਂ ਅਪਡੇਟ ਹੈਗੀ ਮਿਲਦੇ ਹਾਂ ਨੈਕਸਟ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ